ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਜਦੋਂ ਅਸੀਂ ਖਾਣ ਪੀਣ ਦੀ ਗੱਲ ਕਰਦੇ ਹਾਂ ਤਾਂ ਇੱਕ ਨਾਮ ਜਿਹੜਾ ਸਿਰਮੌਰ ਹੈ ਅਤੇ ਸਾਨੂੰ ਬੜਾ ਮਾਣ ਹੈ ਕਿ ਕੈਨੇਡਾ ਵਿੱਚ ਇਹ ਨਾਂ ਨਾ ਸਿਰਫ ਆਪਣੇ ਭਾਈਚਾਰੇ ਵਿੱਚ ਪ੍ਰਚਲਿਤ ਹੈ ਪਰ ਮੇਨ ਸਟ੍ਰੀਮ ਵਿੱਚ ਇਸ ਦੀ ਚਰਚਾ ਹੁੰਦੀ ਹੈ, ਉਹ ਹੈ ਵਿਕਰਮ ਵਿੱਜ। ਸਾਨੂੰ ਬੜਾ ਮਾਣ ਹੈ ਕਿ ਸਾਡੇ ਕੋਲ ਸਟੂਡੀਓ ਦੇ ਵਿੱਚ ਵਿਕਰਮ ਵਿੱਜ ਆਏ ਹੋਏ ਨੇ। ਆਓ ਅੱਜ ਇਹਨਾਂ ਦੀ ਜੀਵਨੀ ਬਾਰੇ ਕਮਿਊਨਿਟੀ ਪ੍ਰੋਫਾਈਲ ਸੈਗਮੈਂਟ ਵਿੱਚ ਗੱਲਬਾਤ ਕਰਦੇ ਹਾਂ। ਜੀ ਹਾਂ, ਵੈਲਕਮ ਟੂ ਦ ਪ੍ਰੋਗਰਾਮ। ਨਮਸਕਾਰ। ਨਮਸਕਾਰ ਜੀ, ਥੈਂਕ ਯੂ। ਸੋ ਵਿਕਰਮ ਵਿੱਜ ਜੀ, ਥੋੜ੍ਹਾ ਜਿਹਾ ਪਿਛੋਕੜ ਆਪਣਾ ਦੱਸੋ, ਤੁਸੀਂ ਕਿੱਥੋਂ ਦੇ ਹੋ ਅਤੇ ਇਹ ਇਸ ਪਾਸੇ ਕਿਵੇਂ ਤੁਹਾਡਾ ਇੰਟਰਸਟ ਜਿਹੜਾ ਉਹ ਪਿਆ ਹੈਗਾ? ਦੇਖਿਆ ਜਾਵੇ ਪਿੱਛਾ ਜਿਹੜਾ ਹੈਗਾ ਉਹ ਹੈਗਾ ਅੰਮ੍ਰਿਤਸਰ। ਅੱਛਾ ਜੀ। ਹਲਵਾਈਆਂ ਵਾਲੀ ਸ਼ਕਲ ਹੈ, ਠੀਕ ਹੈ। ਖਾਣਾ ਬਣਾਉਣ ਦਾ ਸ਼ੌਕ ਸੀ ਜੀ, ਖਾਣਾ ਖਵਾਉਣ ਦਾ ਸ਼ੌਕ ਸੀ, ਠੀਕ। ਅਤੇ ਸ਼ੁਰੂ ਤੋਂ ਹੀ ਮੇਰੀ ਆਦਤ ਸੀ ਕਿ ਵੀ ਮੈਂ ਆਪਣਾ ਖਾਣਾ ਬਣਾਉਂਦਾ ਸੀ ਆਪਣੀ ਫੈਮਿਲੀ ਵਾਸਤੇ। ਅੱਛਾ ਜੀ। ਅਤੇ ਮੇਰੇ ਗ੍ਰੈਂਡਫਾਦਰ ਜਿਹੜੇ ਸੀ ਉਹ ਮੈਨੂੰ ਮਿੱਕਾ ਕਰਕੇ ਬੁਲਾਉਂਦੇ ਸੀ। ਉਹ ਕਹਿੰਦੇ ਸੀ ਮਿੱਕਾ ਜਦੋਂ ਤੂੰ ਵੱਡਾ ਹੋਏਗਾ ਨਾ ਤਾਂ ਰੈਸਟੋਰੈਂਟ ਖੋਲ੍ਹੀ, ਅੱਛਾ, ਤੂੰ ਕੁੱਕ ਕਰੀ, ਠੀਕ ਹੈ, ਅਤੇ ਮੈਂ ਬਾਰਟੈਂਡਰ ਬਣ ਜਾਵਾਂਗਾ। ਤੂੰ ਨਾ ਮੇਰੇ ਕੋਲੋਂ ਲਏਗਾ ਪੈਸੇ, ਠੀਕ, ਅਤੇ ਤੂੰ ਆਪਣਾ ਖਾਣਾ ਬਣਾਈ ਲੋਕਾਂ ਨੂੰ ਖੁਸ਼ ਰੱਖੀ ਅਤੇ ਮੈਂ ਲੋਕਾਂ ਨੂੰ ਪੁਆ ਕੇ ਖੁਸ਼ ਰੱਖਾਂਗਾ, ਠੀਕ ਹੈ। ਤੋ ਸ਼ੁਰੂ ਤੋਂ ਹੀ ਮੇਰੀ ਆਦਤ ਰਹੀ ਹੈ ਕਿ ਵੀ ਮੈਂ ਆਪਣੇ ਗ੍ਰੈਂਡਫਾਦਰ ਦੇ ਨਾਂ ਦੇ ਉੱਤੇ ਵਿਜਿਸ ਨਾਂ ਦਾ ਰੈਸਟੋਰੈਂਟ ਰੱਖਿਆ ਜਾਏ। ਤੋ ਇਟ ਹੈਜ਼ ਨਥਿੰਗ ਟੂ ਡੂ ਕਿ ਵਿਕਰਮ ਵਿੱਜ ਕੌਣ ਹੈ, ਰਾਈਟ, ਇਹ ਹੈਗਾ ਰੋਸ਼ਨ ਲਾਲ ਵਿੱਜ ਦੇ ਨਾਂ ਦੇ ਉੱਤੇ ਵਿਜਿਸ ਨਾਂ ਦਾ ਰੈਸਟੋਰੈਂਟ ਖੋਲ੍ਹਿਆ ਸੀ। ਬਹੁਤ ਖੂਬ। ਅਤੇ ਤੁਹਾਡੀ ਸਕੂਲਿੰਗ ਜਿਹੜੀ ਉਹ ਅੰਮ੍ਰਿਤਸਰ ਦੀ ਹੈ ਜੀ? ਮੇਰੀ ਸਕੂਲਿੰਗ ਅਸੀਂ ਦਿੱਲੀ ਆ ਗਏ ਮੇਰੇ ਫਾਦਰ, ਫਿਰ ਦਿੱਲੀਓਂ ਫਿਰ ਅਸੀਂ ਬੰਬੇ ਚਲੇ ਗਏ, ਫਿਰ ਬੰਬੇ ਆਉਣ ਦੇ ਬਾਅਦ ਮੈਂ ਚਲਾ ਗਿਆ ਆਸਟਰੀਆ। ਓਕੇ। 10 June 1984 ਦੇ ਵਿੱਚ ਜਿਸ ਸਾਲ ਇੰਦਰਾ ਗਾਂਧੀ ਨੇ ਬਲੂ ਸਟਾਰ ਆਪਰੇਸ਼ਨ ਕੀਤਾ, ਮੈਂ ਉੱਥੇ ਅੰਮ੍ਰਿਤਸਰ ਹੀ ਹੈਗਾ ਸੀ। ਅੱਛਾ। ਅਤੇ ਮੇਰੇ ਫਾਦਰ ਦਾ ਫੋਨ ਆਇਆ ਕਿ ਤੂੰ ਉੱਥੋਂ ਆ ਜਾ, ਰਾਈਟ, ਜਸਟ ਇਨ ਕੇਸ ਕੋਈ ਪ੍ਰੋਬਲਮ ਆਵੇ ਤੇ, ਰਾਈਟ। ਅਤੇ ਮੈਂ ਉਸ ਦਿਨ ਰਾਤੀ ਫਰੰਟੀਅਰ ਟ੍ਰੇਨ ਫੜ ਕੇ ਅੰਮ੍ਰਿਤਸਰੋਂ ਦਿੱਲੀ, ਫਿਰ ਦਿੱਲੀਓਂ ਅਸੀਂ ਬੰਬੇ ਚਲੇ ਗਏ, ਠੀਕ ਹੈ। ਫਿਰ ਬੰਬੇ ਜਾ ਕੇ ਮੈਂ ਆਸਟਰੀਆ ਪੜ੍ਹਨ ਵਾਸਤੇ ਚਲਾ ਗਿਆ। ਸ਼ੌਕ ਸ਼ੁਰੂ ਤੋਂ ਖਾਣਾ ਬਣਾਉਣ ਦਾ ਸ਼ੌਕ ਸੀ, ਰਾਈਟ। ਅਤੇ ਆਸਟਰੀਆ ਜਾਣ ਦੇ ਬਾਅਦ ਉੱਥੇ ਪੜ੍ਹਾਈ ਕੀਤੀ 3 ਸਾਲ, ਫਿਰ ਮੌਕਾ ਮਿਲਿਆ ਕਿ ਕੈਨੇਡਾ ਆਉਣ ਦਾ ਜੀ। ਹੁਣ ਆ ਕੇ ਕੈਨੇਡਾ ਸੋਚਿਆ ਸੀ ਕਿ ਯਾਰ ਕੈਨੇਡਾ ਆ ਕੇ ਕਰਾਂਗੇ ਕੀ, ਰਾਈਟ। ਮੈਂ ਤਾਂ ਆਸਟਰੀਆ ਪੜ੍ਹਨ ਦਾ ਸ਼ੌਕ ਸੀ, ਖਾਣਾ ਉੱਥੇ ਬਣਾਉਣ ਦਾ ਸ਼ੌਕ ਸੀ ਜੀ। ਪਰ ਮੈਂ ਜਦੋਂ ਉੱਥੇ ਆਇਆ ਤਾਂ ਮੈਂ ਦੇਖਿਆ ਕਿ ਯਾਰ ਸਾਡੇ ਜਿਹੜੇ ਇੰਡੀਅਨਸ ਨੇ ਉਹ ਇਹਨਾਂ ਨੇ ਇੰਨੀ ਤਰੱਕੀ ਕੀਤੀ ਹੋਈ ਹੈ ਜੀ, ਯੂਨੋ, ਫਾਰਮਿੰਗ ਦੇ ਵਿੱਚ, ਲੰਬਰ ਦੇ ਵਿੱਚ, ਅਤੇ ਜਿਹੜੇ ਪਾਇਨੀਅਰਸ ਜਿਹੜੇ ਆਏ ਹੋਏ ਸੀ ਜੀ, ਦੇ ਇੰਨਾ ਇੰਨਾ ਵਧੀਆ ਉਹਨਾਂ ਨੇ ਯੂਨੋ ਇੰਡੀਅਨ ਸਭਿਅਤਾ ਨੂੰ ਦਿਖਾਇਆ ਹੋਇਆ ਸੀ ਕਿ ਆਈ ਵਾਂਟਡ ਟੂ ਬਰਿੰਗ ਅਵੇਅਰਨੈਸ ਕਿ ਕੁਜ਼ੀਨ ਦੇ ਉੱਤੇ, ਰਾਈਟ, ਅਸੀਂ ਲੋਕਾਂ ਨੂੰ ਦਿਖਾਇਆ ਜਾਏ ਕਿ ਅਸੀਂ ਲੋਇਰਸ ਬਣ ਗਏ, ਯੂਨੋ, ਰੀਅਲ ਇਸਟੇਟ, ਬੜੇ ਵਧੀਆ ਅਸੀਂ ਮਿਹਨਤਾਂ ਕੀਤੀ ਉੱਥੇ। ਲੇਕਿਨ ਖਾਣੇ ਦੇ ਮਾਮਲੇ ਦੇ ਵਿੱਚ ਇਹ ਹੈਗਾ ਸੀ ਕਿ ਯਾਰ ਅਸੀਂ ਥੋੜ੍ਹਾ ਜਿਹੀ ਉਹਨੂੰ, ਕਿਉਂਕਿ ਸਾਡੀ ਜਿਹੜੀ ਕੁਜ਼ੀਨ ਹੈ, ਸਾਡਾ ਜਿਹੜਾ ਖਾਣਾ ਜੀ, ਉਹ ਹੱਥ ਦੇ ਵਿੱਚ ਜਾਦੂ ਆ, ਰਾਈਟ, ਰਾਈਟ। ਕਦੋਂ ਜੀਰਾ ਪਾਉਣਾ, ਕਦੋਂ ਧਨੀਆ ਪਾਉਣਾ, ਕਦੋਂ ਗਰਮ ਮਸਾਲਾ ਪਾਉਣਾ, ਇਹ ਹੱਥ ਦੇ ਵਿੱਚ ਜਾਦੂ ਹੈ। ਇਹ ਸਾਡੀ ਹਰ ਲੇਡੀਜ਼ ਦੇ ਵਿੱਚ ਆਉਂਦਾ, ਕਿਸੇ ਨੂੰ ਵੀ ਪੁੱਛ ਲਓ, ਐਵਰੀ ਇੰਡੀਅਨ ਲੇਡੀ ਜਿਹੜੀ ਆ ਉਹ ਉਸ ਤੋਂ ਬੈਟਰ ਕੁੱਕ ਆ, ਠੀਕ ਹੈ। ਸੋ ਕੁਕਿੰਗ ਦਾ, ਖਾਣਾ ਬਣਾਉਣ ਦਾ ਸ਼ੌਕ ਸੀ। ਅਤੇ ਉਹਦੇ ਬਾਅਦ ਜਦੋਂ ਅਸੀਂ ਰੈਸਟੋਰੈਂਟ ਖੋਲ੍ਹਿਆ, ਉਹ ਆਪਣੀ ਤਰਫੋਂ ਇਹੀ ਸੋਚਿਆ ਕਿ ਆਪਣੀ ਇੰਡੀਅਨ ਜਿਹੜੀ ਕਲਚਰ ਹੈ ਉਸਨੂੰ ਪ੍ਰਮੋਟ ਕਰੀਏ, ਉਹਨੂੰ ਉਸਨੂੰ ਪ੍ਰਮੋਟ ਕਰੀਏ। ਕਿਹੜਾ ਸਾਲ ਸੀ ਜਦੋਂ ਤੁਸੀਂ ਇੱਥੇ ਆਏ ਸੀ ਜੀ? 1991 ਦੇ ਵਿੱਚ ਮੈਂ ਬੈਨ ਸਪ੍ਰਿੰਗਸ ਦੇ ਵਿੱਚ ਆਇਆ। ਅੱਛਾ ਜੀ। ਅਤੇ 1994 ਦੇ ਵਿੱਚ ਮੈਂ ਆਪਣਾ ਰੈਸਟੋਰੈਂਟ ਖੋਲ੍ਹਿਆ, ਠੀਕ, ਵਿਜਿਸ ਨਾ ਕਰਕੇ। ਮੇਰੇ ਫਾਦਰ ਸਾਹਿਬ ਇੰਡੀਆ ਗਏ ਸੀ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਇਸ ਤਰ੍ਹਾਂ ਤਰ੍ਹਾਂ ਮੈਂ ਰੈਸਟੋਰੈਂਟ ਖੋਲ੍ਹਣਾ ਚਾਹੁੰਦਾ। ਤਾਂ ਉਹਨਾਂ ਨੇ ਕਿਹਾ ਕਿ ਚੱਲ ਤੂੰ, ਮੈਂ ਆ ਰਿਹਾ ਥੋੜ੍ਹੇ ਦਿਨਾਂ ਦੇ ਵਿੱਚ, ਰਾਈਟ, ਅਤੇ ਉਹ ਇੰਡੀਆ ਦੇ ਵਿੱਚੋਂ ਆਪਣਾ ਪ੍ਰੋਪਰਟੀ ਵਗੈਰਾ ਥੋੜ੍ਹੀ ਬਹੁਤੀ ਵੇਚ ਕੇ ਅਤੇ ਪੈਸੇ ਨਾਲ ਲੈ ਕੇ ਆ ਗਏ। ਅਤੇ ਅਸੀਂ ਫਸਟ ਰੈਸਟੋਰੈਂਟ 1994 ਦੇ ਵਿੱਚ ਖੋਲ੍ਹਿਆ। ਅੱਛਾ। ਉਸ ਸਮੇਂ ਇੱਕ ਵਨ ਮੈਨ ਸ਼ੋਅ ਹੁੰਦਾ ਸੀ। ਓਕੇ। ਮੈਂ ਕੁਕਿੰਗ ਕਰਨੀ ਅਤੇ ਮੈਂ ਹੀ ਸਰਵ ਕਰਨਾ। ਅੱਛਾ। ਮਦਰ ਮੇਰੀ ਜਿਹੜੀ ਸੀ, ਮੇਰੇ ਫਾਦਰ ਸੀ, ਉਹ ਹੈਲਪ ਕਰਾਉਂਦੇ ਸੀ ਕਿਚਨ ਦੇ ਵਿੱਚ, ਕੱਟਣ ਕੁੱਟਣ ਕਰਾਉਣ ਦੇ ਵਿੱਚ ਅਤੇ ਨਾਲ ਯੂਨੋ ਡਿਸ਼ ਵਾਸ਼ਿੰਗ ਦੇ ਵਿੱਚ, ਸ਼ਾਮੀ ਉਹਨਾਂ ਨੇ ਆ ਕੇ ਹੈਲਪ ਕਰਾਉਣੀ। ਰਾਈਟ। ਵਨ ਮੈਨ ਸ਼ੋਅ ਸੀ ਉਸ ਸਮੇਂ। ਅਤੇ ਸਾਰੇ ਲੋਕ ਦੇਖਦੇ ਸੀ ਕਿ ਯਾਰ ਇਹ ਇਹਦਾ ਖਾਣਾ ਡਿਫਰੈਂਟ ਹੈ, ਰਾਈਟ, ਇਹ ਬਟਰ ਚਿਕਨ ਨਹੀਂ ਦੇ ਰਿਹਾ, ਚਿਕਨ ਟਿੱਕਾ ਮਸਾਲਾ ਨਹੀਂ ਦੇ ਰਿਹਾ। ਤੋ ਐਕਚੁਲੀ ਦੇਖਿਆ ਜਾਏ ਸਾਡਾ ਜਿਹੜਾ ਖਾਣਾ ਹੈ ਉਹ ਇੰਨਾ ਯੂਨੀਕ ਹੈ, ਇੰਨਾ ਡਿਫਰੈਂਟ ਹੈ ਕਿ ਤੁਸੀਂ ਚਿਕਨ ਕਰੀ ਤੁਹਾਡੇ ਘਰ ਆ ਕੇ ਖਾਈਏ ਜਾਂ ਕਿਸੇ ਹੋਰ ਦੇ ਘਰ ਜਾ ਕੇ ਖਾਈਏ, ਉਹ ਡਿਫਰੈਂਟ ਹੁੰਦੀ ਹੈ, ਰਾਈਟ। ਐਂਡ ਦੈਟ ਇਜ਼ ਬਿਊਟੀਫੁਲ ਅਬਾਊਟ ਆਰ ਕੁਕਿੰਗ। ਅਸੀਂ ਉਸ ਚੀਜ਼ ਨੂੰ, ਸਾਨੂੰ ਬੜਾ ਪ੍ਰਾਊਡ ਹੋਣਾ ਚਾਹੀਦਾ, ਰਾਈਟ, ਕਿ ਅਸੀਂ ਸਾਡਾ ਜਿਹੜਾ ਖਾਣਾ
डेमोक्रेसी खाने की 1991 इतने आए उस तो पहले ऑस्ट्रिया दे विच अपनी ट्रेनिंग ली इतने आ के हर एक इमीग्रेंट को जदोजहद करनी पैंदी है बट वर यू बेंट अपॉन सिंस द बिगिनिंग कि मैं इतने आ के अपना ही रेस्टोरेंट खोलना है या तुसी इनिशियली आके कितने होर काम किया नहीं उत्थे मैं आके शुरू दे विच देखना सी कि भी किस इतने किस तरह काम करीदा की रूल्स है की रेगुलेशंस है सो जॉन बिशप द रेस्टोरेंट सी बड़ा फेमस करके वैनकूवर दे विच उत्थे मैं 2 साल काम किया मेन सिटी ग्रिल में काम किया बट शुरू तो शौक एयो सी सो इत्थे आके तुसी अपना काम जदों शुरू किया ते पेरेंट्स ने आके मदद की ग्रैंडफादर साहब भी आए सी ग्रैंडफादर साहब उत्थे अंबरसर रहंदे सी अच्छा ओ उत्थे ही रह गए फिर ओ आए नहीं कभी दोबारा राइट बट ओ प्रेरणा जड़ी सी ओ तुहाडे मन च हमेशा ही रही मैं तो हुने भी कहना कि जदों भी मैं विजिस दे नां दे उत्ते कभी कोई आवे तो मैं कहना ओ तखदे पैन उत्तों राइट कि मुंडा मेरा की करदा फिर बात को इत्थे आके जिस तरह आपने आप नूं एस्टैब्लिश करना जिस मुल्क चों असीं आए उत्थे सारी फैसिलिटीज हुंदियां ने क्योंकि खाण पीन का जोड़ा काम है वह बहुत ज़्यादा पर्टिकुलर होना पैंदा है तो जिस तरह तुसीं क्या आप ही तुसीं कुक करते सी आप ही सर्व करते सी बड़े चैलेंजेस होंदे ने जिस मुकाम ते तुसीं निकले इहदे बारे थोड़ा जिहा मैं चाहवांगा साडे दर्शकां नाल शेयर करो क्योंकि फ्रस्ट्रेशन भी कई बार होंदी है कि यार मैं चंगा पड़ा उत्थे जांदा वापस मैं खोलदा आसे पासे मेरे काम ही काम होना सी मैं तां सिर्फ उत्थे बैठ के यू नो कंट्रोल करना सी पर इत्थे तां मैं भांडे भी आप चुक रहा सफाई भी कर रहा बना भी रहा कोई ये सफ़र जिहड़ा सी किवें तुसीं मैनेज करदे सी इहदे बारे थोड़ा दस्सो यह सफ़र बहुत ही मुश्किल सी क्योंकि शुरू दे विच जदों असीं रेस्टोरेंट खोलिया जी ते असी मैं कीता की के अपने स्पाइसेस नो असी रोस्ट करना शुरू करते ग्राइंड करना शुरू करते फ्रेश तो ओदी स्मेल बड़ी स्ट्रांग सी राइट ओ जड़ा मेरा लैंडलॉर्ड सी ओ गुस्सा हुंदा सी ओ कहंदा तेरा खाना दे विच इन्नी ज्यादा स्ट्रांग स्मेल आ रही है तू अपना किते होर चला जा राइट ते मैं एक्चुअली रेस्टोरेंट ते सेल ते लाता क्योंकि मैनू हगा सी कि मेरा रेस्टोरेंट चलना नहीं राइट ते मैं वेच के चला जाना मैं अपने फादर नु किया कि भी मेरे को नहीं चलेगा ते मैं किसे होर काम लब लेना ओते बाय चांस से कोई फूड राइटर आई ते उन्हें किया कि वेरी गुड फूड वेरी डिलीशियस फूड ते फिर ओदे बाद असि अगे चले ओ बड़ी मुश्किल सी एक ते स्मेल दी क्योंकि साडा हिंदुस्तानी खाना जिहड़ा गा ओदे च काफी स्ट्रांग अरोमास हगे हुण देखो जी कॉफी पियोगे तो ओदे च स्ट्रांग आनगे गुड फूड दे विच ते स्मेल आएगी आएगी राइट सब उपरों सब तो वड्डी गल इशू जिहड़ी मैनूं आंदी सी ओह आंदी सी कि लोकां नूं सिर्फ यह पता सी कि बटर चिकन ते चिकन टिक्का मसाला राइट हुण देखो हिंदुस्तानी खाने दे विच ते ओह दो चीज़ां हैगियां बाकी 100 चीज़ां जिहड़ियां न राइट ओह वी ते हिंदुस्तानी खाना हैगा बिल्कुल अदर प्रॉब्लम्स आई हैड कि साडा हर आदमी सो ही सोचता सी कि सिर्फ पंजाबी खाना ही इंडियन फूड है राइट इंडिया इन्ना वड्डा ओह यस साउथ राइट ईस्ट वैसट बंगाल कलकत्ता वो भी खाने बड़े इंपॉर्टेंट सी मैं चाहता सी कि इंडियन डेमोक्रेसी नू ओवरऑल दिखाया जाए नॉट के पर्टिकुलर रीजन हुण असीं माई शांति करके खोलिया थे ए रीजनल कंफर्ट है right. मतलब थोड़ा पंजाबी थोड़ा साउथ थोड़ा ईस्ट थोड़ा वैसट राइट सो ए प्रॉब्लम्स बड़ी आई हैं शुरू दे विच राइट समझान दे विच बड़ा टाइम लगा ठीक कदी कदी तो मैं लोगों नू ए कहंदा सी ਤੁਸੀਂ ਤੁਹਾਨੂੰ ਖਾਣਾ ਮੇਰਾ ਖਾ ਲਓ ਤੁਹਾਨੂੰ ਨਾ ਸਵਾਦ ਲੱਗੇ ਨਾ ਤੁਸੀਂ ਪੈਸੇ ਨਾ ਦੇਣਾ ਓਕੇ ਬਟ ਕਮ ਸੇ ਕਮ ਇੰਨੀ ਤੇ ਰਿਸਪੈਕਟ ਦਿਖਾਓ ਕਿ ਖਾਣਾ ਮੇਰਾ ਖਾ ਕੇ ਤੇ ਜਾਓ ਐਬਸੋਲੂਟਲੀ ਕਮ ਸੇ ਕਮ ਖਾ ਕੇ ਜਾਓ ਚਾਹ ਪੀ ਕੇ ਤੇ ਜਾਓ ਰਾਈਟ ਤੂੰ ਤੁਹਾਨੂੰ ਨਾ ਸਵਾਦ ਲੱਗੇ ਮੈਂ ਤੁਹਾਡੇ ਕੋਲੋਂ ਪੈਸੇ ਲੈਣ ਦੀ ਲੋੜ ਨਹੀਂ ਹੈਗੀ ਮੈਨੂੰ ਰਾਈਟ ਪਰ ਉਹ ਸਵਾਦ ਐਸਾ ਲੋਕਾਂ ਨੂੰ ਲੱਗਾ ਕਿ ਅੱਜ ਯੂ ਹੈਵ ਬਿਕਮ ਅ ਹਾਊਸ ਹੋਲਡ ਨੇਮ ਇਹਦੇ ਬਾਰੇ ਅਸੀਂ ਹੋਰ ਚਰਚਾ ਕਰਨੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ ਵਾਪਸ ਆ ਕੇ ਇਸ ਸਫ਼ਰ ਦੇ ਦੌਰਾਨ ਬਹੁਤ ਸਾਰਾ ਇਨਸਾਨ ਕੁਝ ਸਿੱਖਦਾ ਹੈਗਾ ਐਂਡ ਉਹ ਸਿੱਖਦਾ ਜਦੋਂ ਤਾਂ ਉਸ ਤੋਂ ਕੁਝ ਸਬਕ ਤੋਂ ਅੱਗੇ ਫਰਦਰ ਇੰਪਰੂਵ ਵੀ ਕਰਦਾ ਹੈ ਉਹ ਕੀ ਟ੍ਰਾਂਜੀਸ਼ਨ ਪੀਰੀਅਡ ਸੀ ਕੀ ਕੁਝ ਹੋਇਆ ਇਸ ਬਾਰੇ ਜਾਣਕਾਰੀ ਲੈਣੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 1-866-790-8984 ਬਿਜ਼ਨਸ ਸੋਲੂਸ਼ਨਸ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਸਾਥ ਦੇ ਰਹੇ ਨੇ ਜਾਣੇ ਪਹਿਚਾਣੀ ਸ਼ਖਸੀਅਤ ਵਿਕਰਮ ਵਿੱਚ ਜਿਨ੍ਹਾਂ ਦੇ ਬਹੁਤ ਸਾਰੇ ਰੈਸਟੋਰੈਂਟਸ ਨੇ ਅਤੇ ਇਹ ਨਾ ਸਿਰਫ ਆਪਣੇ ਭਾਈਚਾਰੇ ਵਿੱਚ ਪ੍ਰਚਲਿਤ ਹੋਏ ਲੇਕਿਨ ਮੇਨ ਸਟ੍ਰੀਮ ਵਿੱਚ ਵੀ ਇਹਨਾਂ ਨੇ ਇੱਕ ਅਮਿਟ ਛਾਪ ਛੱਡੀ ਕੀ ਉਹ ਕਾਰਨ ਸਨ ਬਹੁਤ ਸਾਰੇ ਰੈਸਟੋਰੈਂਟਸ ਖੁੱਲ੍ਹਦੇ ਨੇ ਪਰ ਇਹਨਾਂ ਵਿੱਚ ਕੀ ਵੱਖਰਾ ਸੀ ਇਹਨਾਂ ਦੀ ਸੋਚ ਕੀ ਸੀ ਮਾਈਂਡਸੈਟ ਕੀ ਸੀ ਜਿਸ ਕਾਰਨ ਇਹ ਬੁਲੰਦੀਆਂ ਨੂੰ ਛੂ ਰਹੇ ਨੇ ਉਸ ਤੋਂ ਇਲਾਵਾ ਇਹ
ਡਰੈਗਨਸ ਡੈਨ ਵਿੱਚ ਵੀ ਗਏ, ਉੱਥੇ ਵੀ ਜਾ ਕੇ ਤੁਸੀਂ ਦੇਖਿਆ ਇਹਨਾਂ ਨੂੰ, ਪੂਰੇ ਕੈਨੇਡਾ ਭਰ ਵਿੱਚ ਲੋਕ ਜਿਹੜੇ ਨੇ ਇਹਨਾਂ ਦੇ ਉੱਤੇ ਮਾਣ ਕਰਦੇ ਨੇ ਕਿ ਸਾਡਾ ਇੰਡੀਅਨ ਜੋ ਹੈ ਉਹ ਸਾਨੂੰ ਰਿਪ੍ਰਜੈਂਟ ਕਰ ਰਿਹਾ। ਆਓ ਹੋਰ ਜਾਣਕਾਰੀ ਲੈਂਦੇ ਜੀ। ਸੋ ਗੱਲਬਾਤ ਚੱਲ ਰਹੀ ਸੀ ਜੀ ਕਿ ਤੁਸੀਂ ਪਹੁੰਚ ਗਏ ਉਸ ਸਫ਼ਰ ਵਿੱਚ ਜਿਸ ਵਿੱਚ ਕਿ ਸਟਰਗਲ ਦੇ ਵਿੱਚੋਂ ਲੰਘਦੇ ਰਹੇ, ਲੋਕਾਂ ਨੂੰ ਇਸ ਸਮਾਂ ਵੀ ਸੀ ਕਿ ਤੁਸੀਂ ਬੇਨਤੀਆਂ ਕਰਦੇ ਸੀ ਕਿ ਯਾਰ ਖਾ ਤਾਂ ਜਾਓ, ਪਰ ਫਿਰ ਇਹੋ ਜਿਹਾ ਸਮਾਂ ਆਇਆ ਕਿ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਇਹ ਪੀਰੀਅਡ 94 ਤੋਂ ਕਿੰਨਾ ਕੁਝ ਦੇਰ ਇਸ ਤਰ੍ਹਾਂ ਚੱਲਿਆ ਅਤੇ ਜਦ ਤੁਸੀਂ ਆਪਣੇ ਆਪ ਨੂੰ ਇਸਟੈਬਲਿਸ਼ ਕਰ ਲਿਆ? ਆਈ ਥਿੰਕ ਉਸ ਸਟਰਗਲ ਤਾਂ ਹਮੇਸ਼ਾ ਹੀ ਚੱਲਦੀ ਰਹਿੰਦੀ, ਸਟਰਗਲ ਤਾਂ ਕਦੀ ਖਤਮ ਨਹੀਂ ਹੁੰਦੀ। ਰਾਈਟ, 94 ਦੇ ਵਿੱਚ ਜਦੋਂ ਖੋਲ੍ਹਿਆ ਉਸ ਸਮੇਂ ਹੈਗਾ ਸੀ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਵੀ ਆਰ ਆਲ ਇਕੁਅਲ। ਰਾਈਟ, ਉਸ ਸਮੇਂ ਨਾ ਰਿਜ਼ਰਵੇਸ਼ਨ ਲੈਣ ਦਾ ਮਤਲਬ ਇਹ ਸੀ ਕਿ ਤੁਸੀਂ ਸਾਡੇ ਘਰ ਆਇਓ, ਅਸੀਂ ਤੁਹਾਨੂੰ ਨਮਕੀਨ ਖਵਾਵਾਂਗੇ, ਥੋੜ੍ਹੀ ਜਿਹੀ ਚਾਹ ਪਿਲਾਵਾਂਗੇ, ਤੁਸੀਂ ਆ ਕੇ ਪਿੱਛੇ ਬੈਠੋ 10-15 ਮਿੰਟ ਅਤੇ ਤੁਹਾਨੂੰ ਅਸੀਂ ਰੋਟੀ ਖਵਾਉਂਦੇ ਹਾਂ ਜੀ। ਉਹ ਬਾਅਦ ਦੇ ਵਿੱਚ ਜਾ ਕੇ ਜਿਹੜੀਆਂ ਯੂਨੋ ਐਕੋਲਿਡਸ ਬਣੀਆਂ ਉਹ ਡਿਫਰੈਂਟ ਹੋ ਗਈਆਂ, ਪਰ ਸ਼ੁਰੂ ਸ਼ੁਰੂ 'ਚ ਮੇਰਾ ਖਿਆਲ ਇਹੀ ਸੀ ਕਿ ਯਾਰ ਮੈਂ ਤੁਹਾਡੇ ਘਰ ਆਵਾਂ, ਤੁਸੀਂ ਮੈਨੂੰ ਸਿੱਧਾ ਫਟਾਫਟ ਰੋਟੀ ਖਵਾ ਦਿਓ। ਮੈਂ ਕਹਾਂ ਯਾਰ ਤੁਹਾਡਾ ਪਿੱਛੇ ਬਹਿ ਕੇ ਤੇਰਾ 10 ਮਿੰਟ ਗੱਲਾਂ ਵਾ ਤਾਂ ਕਰ ਲਈਏ ਉਹਦੇ ਬਾਅਦ। ਸੋ ਦੈਟ ਵਾਜ਼ ਅਬਾਊਟ ਇਕੁਆਲਿਟੀ ਕਿ ਗਾਂਧੀ ਜੀ ਨੇ ਕਿਹਾ ਸੀ ਕਿ ਵੀ ਆਰ ਆਲ ਇਕੁਅਲ, ਕਿ ਕੋਈ ਤੁਸੀਂ ਰੱਬ ਦੇ ਘਰ ਜਾਂਦੇ ਹੋ ਤਾਂ ਤੁਸੀਂ ਇਕੁਅਲ ਰਹਿੰਦੇ ਹੋ। ਬਿਲਕੁਲ, ਉਸ ਸਮੇਂ ਇਹ ਨਹੀਂ ਕਦੀ ਦੇਖਦਾ ਕਿ ਇਹਦੇ ਕੋਲ ਕਿੰਨੇ ਪੈਸੇ ਤੇ ਉਹਦੇ ਕੋਲ ਕਿੰਨੇ ਪੈਸੇ, ਇਹ ਕੌਣ ਹੈ ਤੇ ਇਹ ਕੌਣ ਹੈ। ਠੀਕ, ਸੋ ਦੈਟ ਵਾਜ਼ ਦੀ ਆਈਡੀਆ ਬਿਹਾਈਂਡ ਦੈਟ। ਸਟਰਗਲਸ ਉਹਦੇ ਬਾਅਦ ਇਹੀ ਹੋ ਰਹੀਆਂ ਕਿ ਮੈਨੂੰ ਪੈਸੇ ਖਰਚਣ ਦਾ ਸ਼ੌਕ ਹੈ, ਮੈਂ $1 ਕਮਾਉਣਾ ਤੇ 1.5 ਖਰਚ ਦੇਣਾ। ਠੀਕ, ਉਹਦੇ ਬਾਅਦ ਨੱਸਣਾ ਕਿ 50 ਸੈਂਟ ਕਮਾ ਲਵਾਂ, ਉਹ 50 ਕਮਾਉਣ ਦੇ ਬਾਅਦ ਫਿਰ $1 ਖਰਚ ਦੇਣਾ। ਠੀਕ, ਤੂੰ ਸ਼ੁਰੂ ਤੋਂ ਹੀ ਹਮੇਸ਼ਾ ਰੈਸਟੋਰੈਂਟ ਵਧਾਉਣ ਦੀ ਗੱਲ ਰਹੀ ਹੈ ਕਿ ਉਹ ਹੋਰ ਖਰਚੇ ਪਾਣੀ ਕਰਨ ਦੀ ਲੋੜ ਨਹੀਂ ਗੀ, ਖਰਚਾ ਪਾਣੀ ਤੇ ਅਸੀਂ ਕੱਢਦੇ ਵੀ ਹਾਂ। ਬਟ ਸ਼ੌਕ ਐਸੀ ਕਿ ਯਾਰ ਮੈਨੂੰ ਲੋਕੀ ਇਹ ਕਹਿਣ ਕਿ ਵਿਕਰਮ ਆਇਆ ਸੀ ਇਸ ਦੁਨੀਆ ਦੇ ਵਿੱਚ ਤੇ ਉਹਨੇ ਇਸ ਕੰਟਰੀ ਦੇ ਵਿੱਚ ਆ ਕੇ ਇੰਡੀਅਨ ਕੰਟਰੀ, ਇੰਡੀਅਨ ਕਲਚਰ ਨੂੰ, ਇੰਡੀਅਨ ਸਪਾਈਸਿਸ ਨੂੰ, ਇੰਡੀਅਨ ਫਲੇਵਰਸ ਨੂੰ ਅੱਗੇ ਵਧਾ ਤਾ। ਰਾਈਟ, ਪਾਇਨੀਅਰਸ ਹੁੰਦੇ ਨੇ ਲੋਕੀ। ਠੀਕ, ਆਈ ਵਾਂਟ ਟੂ ਬੀ ਵਨ ਆਫ ਦੋਸ ਪਾਇਨੀਅਰਸ ਦ ਵੇ ਆਰ ਬ੍ਰਦਰਸ ਕੇਮ ਲੌਂਗ ਟਾਈਮ ਅਗੋ, ਐਂਡ ਦੈਟਸ ਐਗਜ਼ੈਕਟਲੀ ਵਾਟ ਆਈ ਵਾਂਟ ਟੂ ਡੂ। ਵੰਡਰਫੁਲ। ਸੋ ਉਸ ਤੋਂ ਬਾਅਦ ਜੀ ਇਹ ਸਕਸੈਸ ਦਾ ਸਫ਼ਰ ਚੱਲਦਾ ਰਿਹਾ, ਇੱਕ ਰੈਸਟੋਰੈਂਟ ਤੋਂ ਬਾਅਦ ਤੁਸੀਂ ਹੋਰ ਖੋਲ੍ਹਿਆ, ਉਸ ਤੋਂ ਬਾਅਦ ਤੁਸੀਂ ਆਪਣੀ ਕੁਜ਼ੀਨ ਦੇ ਨਾਂ ਦੇ ਉੱਤੇ ਜਿਹੜੀ ਇੰਟਰੋਡਿਊਸ ਕੀਤੀ, ਇਹ ਕਿਹੜਾ ਸਮਾਂ ਹੈਗਾ ਸੀ? 96 to 2000 ਦੇ ਵਿੱਚ ਰੰਗੋਲੀ ਖੋਲ੍ਹਿਆ ਨੈਕਸਟ ਟੂ ਵਿਜਿਸ, ਉਹਦੇ ਬਾਅਦ ਵਿਜਿਸ ਰੇਲਵੇ ਐਕਸਪ੍ਰੈਸ ਖੋਲ੍ਹਿਆ 2010 ਦੇ ਵਿੱਚ, ਵਿਜਿਸ ਐਟ ਹੋਮ ਕਰੀਜ ਜਿਹਨੂੰ ਅਸੀਂ ਕਹਿੰਦੇ ਹਾਂ। ਉਹ ਆਈਡੀਆ ਆਇਆ ਕਿ ਜਦੋਂ ਅਸੀਂ ਅੰਮ੍ਰਿਤਸਰ ਹੁੰਦੇ ਥਾਂ, ਜਦ ਸਾਡੀ ਦਾਦੀ ਇੱਕ ਕਟੇ ਇੱਕ ਯੂਨੋ ਟਿਫਨ ਦੇ ਵਿੱਚ ਛੋਲੇ ਪਾ ਕੇ ਤੇ ਗੋਭੀ ਆਲੂ ਪਾ ਕੇ ਤੇ ਨਾਲ ਦੋ ਚਪਾਤੀਆਂ ਪਾ ਕੇ ਦੇ ਦਿੰਦੀ ਸੀ ਕਿ ਤੁਸੀਂ ਰੋਟੀ ਖਾ ਲੈਣਾ, ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਹਦਾ ਢਿੱਡ ਖਰਾਬ ਹੋ ਜਾਣਾ ਅਗਰ ਇਹਨੇ ਪਲੇਟਫਾਰਮ ਤੇ ਜਾ ਕੇ ਰੋਟੀ ਖਾਧੀ ਤੇ, ਤੇ ਉਹ ਫਰੈਸ਼ ਖਾਣਾ ਬਣਾ ਕੇ ਦਿੰਦੇ ਸੀ। ਉਹੀ ਆਇਆ ਮਾਇੰਡ ਕਿ ਯਾਰ ਲੋਕਾਂ ਨੂੰ ਅਸੀਂ ਹਮੇਸ਼ਾ ਘਰ ਬਣਾਉਂਦੇ ਹਾਂ, ਜਿਹੜੇ ਸਾਡੇ ਫਸਟ ਜਨਰੇਸ਼ਨ ਫੈਮਿਲੀਜ਼ ਹੈਗੀਆਂ, ਟਾਈਮ ਨਹੀਂ ਹੈਗਾ ਕਿ ਯੂਨੋ ਅਦਰਕ ਲਸਣ ਪਿਆਜ ਸਾਰਾ ਕੱਟੋ। ਉਹ ਫਰੈਸ਼ ਹੋਮ ਸਟਾਈਲ ਆਫ ਕੁਕਿੰਗ ਵਿਜਿਸ ਐਟ ਹੋਮ ਜਿਹੜੀ ਆ ਉਹ ਅਸੀਂ ਕੁਜ਼ੀਨ ਸ਼ੁਰੂ ਕੀਤੀ। ਉਹ ਇੱਥੇ ਮੈਂ ਇੱਥੇ ਹੀ ਫੈਕਟਰੀ ਲਾਈ ਆ ਸਾਊਥ ਸਰੀ ਦੇ ਵਿੱਚ, ਕਾਫੀ ਵੱਡੀ, ਪਰ ਅਸੀਂ ਖਾਣਾ ਉਸ ਤੋਂ ਹੀ ਬਣਾਉਂਦੇ ਹਾਂ। ਹਾਲੇ ਵੀ ਅਸੀਂ ਰੋਸਟ ਕਰਦੇ ਹਾਂ, ਉਹਨੂੰ ਮਸਾਲਾ ਲਗਾ ਕੇ ਖਾਣਾ ਬਣਾਉਂਦੇ ਹਾਂ, ਫਰੈਸ਼ ਖਾਣਾ ਬਣਾਉਂਦੇ ਹਾਂ। ਰਾਈਟ, 2014 ਦੇ ਵਿੱਚ ਆਈ ਸਟਾਰਟਡ ਮਾਈ ਸ਼ਾਂਤੀ ਬਾਈ ਵਿਕਰਮ ਵਿੱਚ। ਉਹਦਾ ਆਈਡੀਆ ਸੀ ਕਿ ਡਿਫਰੈਂਟ ਰੀਜਨਸ ਆਫ ਇੰਡੀਆ ਨੂੰ ਕਿਸ ਤਰ੍ਹਾਂ ਰੀਪ੍ਰਜੈਂਟ ਕੀਤਾ ਜਾਏ। ਠੀਕ ਹੈ, ਐਂਡ ਸਟਰਗਲ ਤੇ ਰਹਿੰਦੀ ਰਹਿੰਦੀ, ਬਿਨਾਂ ਮਿਹਨਤ ਤੇ ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ ਕੁਛ। ਬਿਲਕੁਲ, ਨਾ ਮਿਲੇਗਾ ਤੇ ਨਾ ਮਿਲਿਆ। ਰਾਈਟ, ਉਹ ਜਿਹੜੇ 2% ਲੱਗੇ ਜਿਹਨਾਂ ਨੂੰ ਮਿਲ ਜਾਂਦਾ ਉਹ ਵੀ ਵਿਚਾਰੇ ਗਵਾ ਦਿੰਦੇ ਨੇ। ਤੋ ਮਿਹਨਤ ਕਰਕੇ ਕਰਨਾ ਚਾਹੀਦਾ। ਐਬਸੋਲੂਟਲੀ, ਯੂ ਨੋ ਲੱਖ ਤੇ ਠੀਕ ਹੈ ਥੋੜਾ ਬਹੁਤਾ ਹੁੰਦਾ ਹੀ ਆ, ਥੋੜਾ ਲੱਖ ਤੇ ਮਿਲਦਾ ਹੀ ਹੈ। ਮੈਂ ਨਹੀਂ ਕਹਿ ਰਿਹਾ ਕਿ ਲੱਖ ਦੀ ਗੱਲ ਨਹੀਂ ਹੁੰਦੀ, ਲੇਕਿਨ ਮਿਹਨਤ ਤੇ ਬਿਨਾ ਰਾਈਟ ਕੋਈ ਵੀ ਕੋਈ ਵੀ ਚੀਜ਼ ਸੰਭਵ ਨਹੀਂ ਹੈ। ਰਾਈਟ, ਸੋ ਇਫ ਆਈ ਮੇ ਸੇ, ਵਾਟ ਵੁੱਡ ਯੂ ਸਬਸਕ੍ਰਾਈਬ ਯੂਰ ਸਕਸੈਸ ਟੂ? ਵੁੱਡ ਇਟ ਜਸਟ ਬੀ ਹਾਰਡ ਵਰਕ ਔਰ ਸਮਥਿੰਗ ਐਲਸ? ਸਕਸੈਸ ਤਾਂ ਕਦੀ ਇੱਕ ਕਰੀ ਬਣਾਉਂਦੇ ਹੋ ਉਹਦੇ ਇੱਕ ਸਪਾਈਸ ਤੇ ਹੁੰਦਾ ਨਹੀਂ। ਬਿਲਕੁਲ, ਸਕਸੈਸ ਦਾ ਮਤਲਬ ਇਹ ਹੈਗਾ ਕਿ ਜਦੋਂ ਜਿਹੜੀ ਚੀਜ਼ ਤੁਹਾਨੂੰ ਸਵਾਦ ਲੱਗੀ ਹੈ ਜੀ, ਉਹਦੇ 'ਚ ਤੁਹਾਡੀ ਦਾਦੀ ਦਾ ਵੀ ਹੱਥ ਸੀ, ਠੀਕ, ਨਾਨੀ ਦਾ ਵੀ ਹੱਥ ਸੀ, ਆਂਟੀਜ਼ ਦਾ ਵੀ ਹੱਥ ਸੀ, ਮਦਰ ਦਾ ਹੱਥ ਸੀ, ਭੈਣ ਦਾ ਹੱਥ ਸੀ, ਵਾਈਫ ਦਾ ਹੱਥ ਸੀ, ਸਾਰੀ ਐਵਰੀਬਡੀ ਮੇਕਸ ਦੈਟ ਡਿਸ਼। ਰਾਈਟ, ਉਹ ਸਕਸੈਸ ਉਹਨੂੰ ਕਹਿੰਦੇ। ਸਕਸੈਸ ਇਹ ਹੁੰਦੀ ਹੈ ਕਿ ਲੋਕ ਕਹਿਣ ਕਿ ਰਿਸਪੈਕਟ ਕਰਨ। ਮੈਂ ਹਮੇਸ਼ਾ ਸਕਸੈਸ ਨੂੰ ਰਿਸਪੈਕਟ ਨਾਲ ਇਕੁਏਟ ਕੀਤਾ, ਡਿਸਰਿਸਪੈਕਟ ਨਾਲ ਨਹੀਂ। ਕਿੰਨੇ ਪੈਸੇ ਕਮਾ ਲਏ, ਠੀਕ, ਖਾਲੀ ਹੱਥ ਆਏ ਸਾ, ਬਿਲਕੁਲ ਖਾਲੀ ਹੱਥ ਹੀ ਜਾਣਾ ਜੇ ਜੀ, ਤੇ ਫਿਰ ਰਿਸਪੈਕਟ ਹੀ ਨਾਲ ਲੈ ਕੇ ਚਲ ਜਾਓ। ਐਬਸੋਲੂਟਲੀ। ਅੱਛਾ, ਮੈਂ ਥੋੜ੍ਹਾ ਜਿਹਾ ਵਾਪਸ ਜਾਵਾਂਗਾ। ਜਦੋਂ ਤੁਸੀਂ ਸੋਚਿਆ ਸੀ ਘਰ 'ਚ ਤੁਹਾਡਾ ਇੰਟਰਸਟ ਬਣਿਆ ਕਿ ਮੈਂ ਇਸ ਫੀਲਡ ਵਿੱਚ ਜਾਣਾ,
ਕੋਈ ਰੈਜ਼ਿਸਟੈਂਸ ਨਹੀਂ ਹੋਈ ਸੀ ਉਸ ਸਮੇਂ, ਕਿਉਂਕਿ ਆਪਣੇ ਇੱਕ ਸਮਾਜ ਦੇ ਵਿੱਚ ਇਹ ਹੁੰਦਾ ਹੈ ਵਿਕਰਮ ਜੀ ਕਿ ਯਾਰ ਮੁੰਡਾ ਹੋ ਕੇ ਤੂੰ ਇਹ ਕੀ ਕੁਕਿੰਗ ਵਾਲੇ ਪਾਸੇ, ਯੂ ਨੋ ਇਹੋ ਜਿਹੀ ਸੋਚ ਅਜੇ ਉਸ ਸਮੇਂ ਦੀ ਜਦੋਂ ਤੁਸੀਂ ਗੱਲ ਕਰ ਰਹੇ ਹਾਂ ਅਜੇ ਇੰਨੀ ਪ੍ਰਚਲਿਤ ਨਹੀਂ? ਅੱਜ ਤਾਂ ਹਰ ਇੱਕ ਕੋਈ ਇਸ ਪਾਸੇ ਨੂੰ ਆਉਣਾ ਚਾਹੁੰਦਾ ਹੈ ਬਿਕੋਜ਼ ਫੇਮ ਬੜਾ ਮਿਲ ਜਾਂਦਾ ਹੈ, ਪੈਸਾ ਵੀ ਬੜਾ ਆ ਜਾਂਦਾ ਹੈ। ਸੋ ਉਸ ਟਾਈਮ 'ਤੇ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਰੈਜ਼ਿਸਟੈਂਸ ਸੀ? ਨੋ ਐਕਚੁਅਲੀ ਜਦੋਂ ਸ਼ੌਕ ਤਾਂ ਪਤਾ ਕੀ ਸੀ, ਸ਼ੌਕ ਤਾਂ ਸੀ ਕਿ ਬਾਲੀਵੁੱਡ ਐਕਟਰ ਬਣਨਾ, ਠੀਕ ਹੈ, ਕਿ ਸਟੇਜ ਐਕਟਿੰਗ ਕਰਨੀ, ਨਸੂਰਉਦੀਨ ਸ਼ਾਹ। ਅੱਛਾ, ਸ਼ੌਕ ਤਾਂ ਇਹ ਸੀ। ਅੱਛਾ, ਉਹ ਸ਼ੌਕ ਜਿਹੜਾ ਸੀ ਉਹ ਫਾਦਰ ਨੇ ਕਿਹਾ ਕਿ ਐਕਟਿੰਗ ਨਹੀਂ ਤੂੰ ਕਰ, ਐਕਟਿੰਗ ਨਹੀਂ ਕਰੇ, ਬਾਕੀ ਤੂੰ ਜੋ ਮਰਜ਼ੀ ਕਰ ਲੈ, ਐਕਟਿੰਗ ਨਹੀਂ ਕਰ। ਉਹਦੇ ਬਾਅਦ ਮੈਂ ਦੇਖਿਆ, ਮੈਂ ਕਿਹਾ ਯਾਰ ਹੋਰ ਕੀ ਚੀਜ਼ਾਂ ਦਾ ਸ਼ੌਕ ਹੈ? ਖਾਣਾ ਬਣਾਉਣ ਦਾ ਸ਼ੌਕ ਹੈ, ਖਾਣਾ ਖਵਾਉਣ ਦਾ ਸ਼ੌਕ ਹੈ, ਲੋਕਾਂ ਨਾਲ ਗੱਲ ਕਰਨ ਦਾ ਸ਼ੌਕ ਹੈ, ਮਿਲਣਸਾਰ ਆਦਮੀ ਸੀ, ਮੈਂ ਸ਼ਾਇ ਬਿਲਕੁਲ ਨਹੀਂ ਸੀ, ਮਿਲਣਸਾਰ ਮੈਂ ਹਗਾ ਸੀ, ਲੋਕਾਂ ਦੇ ਨਾਲ ਮਿਲਣਾ, ਸਾਡੇ ਘਰ ਕੋਈ ਆਉਣਾ ਤਾਂ ਅਸੀਂ ਚਾਰ ਕੁਸ਼ਚਨ ਵੀ ਪੁੱਛਣੇ। ਮੈਨੂੰ ਮੇਰੀ ਮਦਰ ਹੱਸਦੀ ਹੁੰਦੀ ਸੀ ਕਿ ਤੈਨੂੰ ਨਾ ਚਾਚੀਆਂ ਵੱਕਣ ਆਦਤਾਂ ਪਈਆਂ ਹੋਈਆਂ, ਸਾਰਿਆਂ ਇੱਥੇ ਬਹਿ ਕੇ ਸਾਰਿਆਂ ਦੀ ਗੱਲਾਂ ਸੁਣਦਾ ਰਹਿਣਾ, ਠੀਕ ਹੈ, ਮਸਾਲੇ ਉਲੀਆਂ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ। ਅਤੇ ਉਹ ਸ਼ੌਕ ਸ਼ੁਰੂ ਤੋਂ ਸੀ ਜੀ, ਸੀ ਬੋਲ ਐਕਟਰ ਤਾਂ ਬਣੇ ਨਹੀਂ ਜੀ, ਅਤੇ ਨੈਕਸਟ ਬੈਸਟ ਚੀਜ਼ ਕੀ ਹੁੰਦੀ ਆ ਕਿ ਯਾਰ 5:30 ਵਜੇ ਜਦੋਂ ਰੈਸਟੋਰੈਂਟ ਖੁੱਲਦਾ ਉਹ ਸਟੇਜ ਹੀ ਹੋ ਗਿਆ ਨਾ, ਰਾਈਟ, ਉਹ ਸਟੇਜ ਹੀ ਖੁੱਲ ਰਿਹਾ, ਸਟੇਜ ਐਕਟ ਖੁੱਲਦੀ ਹੈ, ਕਰਟਨਸ ਆ ਡਰੋਨ, 5:30 ਵਜੇ ਅਸੀਂ ਪਰਫੋਰਮ ਕਰਨੇ ਹਾਂ। ਉਸ ਸਮੇਂ ਇਹ ਨਹੀਂ ਹੁੰਦਾ ਕਿ ਮੇਰੀ ਢੋਈ ਦੁਖਦੀ ਪਈ ਹੈ ਕਿ ਮੇਰਾ ਇਹ ਦੁਖਦਾ ਪਿਆ, ਕੰਮ ਕਰਨਾ, ਫਟਾਫਟ ਲੋਕਾਂ ਨੂੰ ਖਾਣਾ ਖਵਾਉਣਾ, ਖਾਣਾ ਇੰਟਰਟੇਨ ਕਰਨਾ, ਕਿਉਂਕਿ ਲੋਕ ਸਿਰਫ ਖਾਣਾ ਖਾਣ ਵਾਸਤੇ ਨਹੀਂ ਆਉਂਦੇ, ਬਿਲਕੁਲ ਐਂਟਰਟੇਨ ਹੋਣ ਵਾਸਤੇ ਜਾਂਦੇ। ਤੁਸੀਂ ਕਿਤੇ ਰੋਟੀ ਖਾਣ ਜਾਂਦੇ ਹੋ, ਸਿਰਫ ਅਗਰ ਢਿੱਡ ਹੀ ਭਰਨਾ ਘਰ ਹੀ ਬਹਿ ਲਓ, ਬਿਲਕੁਲ ਤੁਹਾਨੂੰ ਆਉਣ ਦੀ ਲੋੜ ਕੀ ਹੈ? ਸੋ ਉਹ ਸ਼ੁਰੂ ਤੋਂ ਇਹ ਰਿਹਾ ਕਿ ਯਾਰ ਜਦੋਂ ਅਸੀਂ ਅਗਰ ਸਟੇਜ ਐਕਟਿੰਗ ਕਰੀਏ ਤੇ ਰੈਸਟੋਰੈਂਟ ਵਿੱਚ ਤਾਂ ਸਟੇਜ ਐਕਟਿੰਗ, ਰਾਈਟ। ਸੋ ਬੇਸਿਕਲੀ ਆਈ ਚੈਨਲਾਈਜ਼ਡ ਜਿਹੜੇ ਮੇਰੇ ਆਈਡੀਆ ਸੀ ਉਹ, ਇਨਸਟੈਡ ਆਫ ਬੀਇੰਗ ਅ ਸਟੇਜ ਐਕਟਰ, ਰਾਈਟ, ਮੈਂ ਉਹ ਖਾਣੇ ਦੇ ਥਰੂ, ਮੈਂ ਖਾਣੇ ਦੇ ਥਰੂ ਉਹਨੂੰ ਕਰਨਾ, ਮੈਂ ਹੁਣੇ ਵੀ ਹਾਲੇ ਵੀ ਇਹੀ ਸੋਚਣਾ, ਰਾਈਟ, ਕਿ ਰੈਸਟੋਰੈਂਟ ਜਿਹੜਾ ਹੈਗਾ ਉਹ ਐਕਚੁਅਲੀ ਸਟੇਜ ਹੈ, ਪਰਫਾਰਮ ਕਰਦੇ, ਜਿੰਨੀ ਬੈਟਰ ਪਰਫਾਰਮੈਂਸ ਕਰੋਗੇ ਉਨਾ ਹੀ ਉਹਦੇ ਬੈਟਰ ਰਿਜ਼ਲਟਸ ਆਣਗੇ। ਐਗਜ਼ੈਕਟਲੀ, ਜਿਸ ਤਰ੍ਹਾਂ ਤੁਸੀਂ ਡਾਇਲੋਗ ਦਿਓਗੇ ਉਸੇ ਤਰ੍ਹਾਂ ਤੁਹਾਨੂੰ ਲੋਕ ਵਾਪਸ ਪਸੰਦ ਕਰਨਗੇ, ਰਾਈਟ। ਲੈਣੇ ਜੀ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਕਿਹੜੀਆਂ ਚੀਜ਼ਾਂ ਤੁਹਾਨੂੰ ਪ੍ਰੇਰਿਤ ਕਰਦੀਆਂ ਨੇ, ਜਿਸ ਮੁਕਾਮ 'ਤੇ ਤੁਸੀਂ ਪਹੁੰਚੇ, ਫਰਦਰ ਕੀ ਪਲਾਨਸ ਨੇ, ਅਤੇ ਖਾਸ ਤੌਰ 'ਤੇ ਡਰੈਗਨਸ ਡੈਨ ਵਿੱਚ ਵੀ ਜਾਣਾ ਇੱਕ ਬਹੁਤ ਵੱਡੀ ਉਪਲਬਧੀ ਸੀ, ਇਹ ਸਾਰੀਆਂ ਚੀਜ਼ਾਂ ਦੇ ਬਾਰੇ ਜ਼ਿਕਰ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਵਾਂਸ ਅਗੇਨ ਵੈਲਕਮ ਬੈਕ ਟੂ ਦ ਪ੍ਰੋਗਰਾਮ। ਵਿਕਰਮ ਵਿੱਚ ਨਾਲ ਚੱਲ ਰਹੀ ਹੈ ਗੱਲਬਾਤ, ਅਤੇ ਇਸ ਵਿੱਚੋਂ ਅਸੀਂ ਕੀ ਸਿੱਖਣਾ ਹੈ? ਹਰ ਇੱਕ ਇਨਸਾਨ ਚਾਹੁੰਦਾ ਹੈ ਕਾਮਯਾਬੀ, ਪਰ ਕਾਮਯਾਬੀ ਹੁੰਦੀ ਕੀ ਹੈ? ਇਸ ਮੁਕਾਮ 'ਤੇ ਪਹੁੰਚਣ ਲਈ ਕੀ ਕੁਝ ਚੈਲੇਂਜਸ ਥਰੂ ਲੰਘਣਾ ਪੈਂਦਾ ਹੈ, ਅਤੇ ਕੀ ਇਹ ਚੈਲੇਂਜਸ ਇਸ ਮੁਕਾਮ 'ਤੇ ਪਹੁੰਚ ਕੇ ਖਤਮ ਹੋ ਜਾਂਦੇ ਨੇ? ਆਓ ਇਸ ਬਾਰੇ ਵੀ ਹੋਰ ਕੁਝ ਚਰਚਾ ਕਰਦੇ ਹਾਂ ਵਿਕਰਮ ਵਿੱਚ ਨਾਲ। ਜੀ ਵਿਕਰਮ ਜੀ, ਸੋ ਹੁਣ ਉਸ ਮੁਕਾਮ 'ਤੇ ਤੁਸੀਂ ਪਹੁੰਚ ਗਏ ਹੋ ਜਿੱਥੇ ਕਿ ਹਰ ਇੱਕ ਚੀਜ਼ ਰੋਜ਼ੀ ਸਾਨੂੰ ਲੱਗਦੀ ਹੈ ਬਾਹਰੋਂ, ਬਟ ਫੋਰ ਯੂ ਇਜ਼ ਲਾਈਫ ਰੋਜ਼ੀ? ਲਾਈਫ ਇਜ਼ ਰੋਜ਼ੀ, ਆਪਣੀ ਅੱਖਾਂ ਨਾਲ ਜਿਸ ਤਰ੍ਹਾਂ ਮਰਜ਼ੀ ਦੇਖੋ, ਅੱਖਾਂ ਨਾਲ ਤੁਹਾਡੇ ਕੋਲ ਸਾਰਾ ਕੁਛ ਵੀ ਹੋਵੇ ਜੀ, ਫਿਰ ਵੀ ਤੁਸੀਂ ਕਹਿ ਸਕਦੇ ਹੋ ਕਿ ਮੇਰੇ ਕੋਲ ਕੁਛ ਨਹੀਂ ਹੈਗਾ, ਠੀਕ। ਅਗਰ ਤੁਹਾਡੇ ਕੋਲ ਕੁਛ ਵੀ ਨਹੀਂ ਹੈਗਾ, ਫਿਰ ਵੀ ਇਹ ਤਾਂ ਆਪਣਾ ਆਪਣਾ ਦੇਖਣ ਦਾ ਆਈਡੀਆ ਹੈਗਾ, ਰਾਈਟ। ਸਟਰਗਲ ਹਾਲੇ ਤੱਕ ਉਨੀ ਹੋਈ ਹੋਈ ਹੈ, ਸਵੇਰੇ ਉੱਠ ਕੇ ਉਨਾ ਹੀ ਕੰਮ ਕਰਨਾ, ਉਨੀ ਮਿਹਨਤ ਕਰਨੀ, ਉਨਾ ਹੀ ਕੋਸ਼ਿਸ਼ ਕਰਨੀ, ਹਾਲੇ ਵੀ ਉਹ ਰੋਜ਼ ਹੀ ਨਹੀਂ ਆਈ। ਜਿੰਨੇ ਮਰਜ਼ੀ ਸ਼ੋਜ਼ ਕਰ ਲਈਏ ਅਸੀਂ, ਰਾਈਟ, ਸ਼ੋਜ਼ ਕਰਨ ਦੇ ਉੱਤੇ ਫਿਰ ਵੀ ਤਾਂ ਪਰਫਾਰਮੈਂਸ ਤਾਂ ਕਰਨੀ ਹੀ ਪੈਂਦੀ ਹੈ, ਪ੍ਰੈਕਟਿਸ ਤਾਂ ਕਰਨੀ ਪੈਂਦੀ ਹੈ। ਤੁਸੀਂ ਇਹ ਨਾ ਸੋਚੋ ਕਿ ਕੋਈ ਵੀ ਐਕਟਰ ਜਿਹੜਾ ਉੱਥੇ ਬੈਠਾ ਹੈ, ਜਾਂ ਕੋਈ ਗਾਉਣ ਵਾਲਾ ਬੈਠਾ ਹੈ, ਜਾਂ ਕੋਈ ਐਕਟਿੰਗ ਕਰਨ ਵਾਲਾ, ਜਾਂ ਅਸੀਂ ਖਾਣਾ ਬਣਾਉਣ ਵਾਲੇ, ਉਹ ਇਸ ਤਰ੍ਹਾਂ ਹੀ ਬਣ ਜਾਂਦੇ ਨੇ। ਕਦੀ ਅੱਜ ਤੱਕ ਬਣੇ ਨਹੀਂ ਕੋਈ, ਹਾਲੇ ਤੱਕ ਜਿਹੜੇ ਪ੍ਰੈਜ਼ੀਡੈਂਟਸ ਹੈਗੇ ਨਾ, ਉਹ ਵੀ ਉਨਾ ਹੀ ਕੰਮ ਕਰਦੇ ਜਿੰਨਾ ਜਿਹਨਾਂ ਨੂੰ ਕਰਨਾ ਪੈਂਦਾ। ਐਬਸੋਲਿਊਟਲੀ। ਸੋ ਤੁਸੀਂ ਜਦੋਂ ਮੈਂ ਪੁੱਛਾਂ ਤੁਹਾਨੂੰ ਇਹ ਕਿ ਕਿਸ ਚੀਜ਼ ਨੂੰ ਤੁਸੀਂ ਮੰਨਦੇ ਹੋ ਜਿਹੜੀ ਤੁਹਾਨੂੰ ਪ੍ਰੇਰਣਾ ਦਿੰਦੀ, ਇਨਸਪਾਇਰ ਕਰਦੀ, ਉਹ ਕੀ ਹੋਵੇਗੀ? ਯੂ ਨੋ, ਇੰਨੀਆਂ ਚੀਜ਼ਾਂ ਪ੍ਰੇਰਿਤ ਕਰਦੀਆਂ। ਇੱਕ ਗ੍ਰੈਂਡਫਾਦਰ ਜਿਹੜੇ ਕਹਿੰਦੇ ਸੀ, ਰਾਈਟ, ਕਿ ਮਿੱਕਾ ਤੂੰ ਰੈਸਟੋਰੈਂਟ ਖੋਲ੍ਹੀ, ਉਹ ਬੜੀ ਪ੍ਰੇਰਣਾ ਦਿੰਦਾ। ਹਿੰਦੁਸਤਾਨ ਬੜੀ ਪ੍ਰੇਰਣਾ ਦਿੰਦਾ, ਕਿਉਂਕਿ ਜਿਹੜਾ ਅਸੀਂ ਮੁਲਕ ਛੱਡ ਕੇ ਆਏ ਹਾਂ, ਰਾਈਟ, ਜਿਹੜਾ ਮੁਲਕ ਅਸੀਂ, ਜਿਹਦੇ ਮੁਲਕ ਨੂੰ ਅਸੀਂ 20 ਸਾਲ ਉੱਥੇ ਰਹੇ ਹਾਂ, ਰਾਈਟ, ਜਿੱਦਾਂ ਅਸੀਂ ਪਾਣੀ ਪੀਤਾ, ਜਿੱਥੇ ਅਸੀਂ ਖਾਧੀ ਰੋਟੀ ਖਾਧੀ, ਉਸ ਜਿੱਥੇ ਅਸੀਂ ਪੜ੍ਹਾਈ ਕੀਤੀ, ਅੱਜ ਅੰਗਰੇਜ਼ੀ ਪੰਜਾਬੀ ਜਿਹੜੀ ਬੋਲ ਲੈਂਦੇ ਹਾਂ ਅਸੀਂ, ਉਹ ਉੱਥੇ ਸਿੱਖੀ ਸੀ, ਅਤੇ ਉਹ ਉਸ ਮੁਲਕ ਨੂੰ ਬੈਸਟ ਰੀਪ੍ਰਜੈਂਟ ਕਰਨਾ, ਰਾਈਟ, ਉਹ ਸਾਡਾ ਕੰਮ ਹੈ। ਆਈ ਮੀਨ, ਆਈ ਵਾਂਟ ਟੂ ਬੀ ਦਾ
unappointed ambassador right. of that country. Wonderful. Because ਉਹਨੂੰ ਮੁਲਕ ਉਹ ਪ੍ਰੇਰਣਾ ਦਿੰਦਾ ਜੀ ਫੈਮਿਲੀਜ਼ ਪ੍ਰੇਰਣਾ ਦਿੰਦੀਆਂ ਨੇ ਆਪਣੀਆਂ ਜਿਹੜੀਆਂ ਸਾਡੀ ਲੇਡੀਜ਼ ਹੈਗੀਆਂ ਜੀ ਤੁਹਾਨੂੰ ਮੰਨੋ ਨਾ ਮੰਨੋ ਮੇਰਾ ਸਾਰਾ ਕੰਮ ਅੱਜ ਮੇਰਾ ਜਿਹੜੀ ਬੈਕਬੋਨ ਹੈ ਜਿਹੜੀ ਮੇਰੀ ਰੀੜ ਦੀ ਹੱਡੀ ਹੈ ਉਹ ਮੇਰੀ ਪੰਜਾਬੀ ਲੇਡੀਜ਼ ਜਿਹੜੀ ਕਿਚਨ ਦੇ ਵਿੱਚ ਕੰਮ ਕਰਦੀ ਉਹਨਾਂ ਦੇ ਬਿਨਾ ਅਮਰਜੀਤ ਕੌਰ ਹੈ ਸਰਬਜੀਤ ਕੌਰ ਜਿਹੜੀ ਸਾਡੀ ਲੇਡੀਜ਼ ਹੈਗੀਆਂ ਉਹ ਇੰਨੀ ਮਿਹਨਤ ਕੀਤੀ ਉਹਨਾਂ ਨੇ ਸਾਡੇ ਵਾਸਤੇ ਕਿ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਉਹ ਪ੍ਰੇਰਣਾ ਦਿੰਦੀਆਂ ਕਿ ਯਾਰ ਹੋਰ ਜਾ ਕੇ ਵਧੋ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਡੇ ਨਾਲ ਕੰਮ ਕਰਾਂਗੇ ਸਿਰਫ ਹੁਣ ਅਸੀਂ ਸਿਰਫ ਕੰਮ ਕਰਨ ਵਾਲੇ ਬੰਦੇ ਨਹੀਂ ਰਹਿ ਗਏ ਅਸੀਂ ਫੈਮਿਲੀ ਬਣ ਗਏ ਵੰਡਰਫੁਲ ਹੁਣ ਉਹ ਫੈਮਿਲੀ ਜਿਹੜੀ ਹੈ ਉਹਨੂੰ ਅਸੀਂ ਵਧਾਉਣਾ ਹੈ ਉਹਦਾ ਮੈਂ ਜ਼ਰੂਰ ਹੈਡ ਜ਼ਰੂਰ ਹਾਂ ਰਾਈਟ ਬਟ ਇਟਸ ਅ ਫੈਮਿਲੀ ਐਵਰੀਬਾਡੀ ਪ੍ਰੋਗ੍ਰੈਸਸ ਵੈਨ ਐਵਰੀਬਾਡੀ ਵਰਕਸ ਐਗਜ਼ੈਕਟਲੀ ਕੋਈ ਰਿਗਰੈਟਸ ਵੀ ਹੈਗੇ ਨੇ ਜੀਵਨ ਦੇ ਰਿਗਰੈਟਸ ਨਹੀਂ ਕਦੀ ਰਿਗਰੈਟਸ ਨੇ ਕਦੀ ਸੋਚਿਆ ਹੀ ਨਹੀਂ ਉਸ ਪਾਸੇ ਜਿਹੜੀ ਸਮਾਂ ਹੀ ਨਹੀਂ ਮਿਲਿਆ ਜਿਹੜਾ ਮੁਕਾਮ ਨਿਕਲ ਗਿਆ ਉਹਨੂੰ ਦੇਖ ਤੱਕਣ ਦਾ ਕੀ ਫਾਇਦਾ ਜਿਹੜਾ ਜਿਹੜਾ ਕੋਰਸ ਚਲਾ ਹਾਂ ਰਿਗਰੈਟ ਇਹ ਹੁੰਦੀ ਹੈ ਕਿ ਯਾਰ ਮੇ ਬੀ ਥੋੜ੍ਹਾ ਅਰਲੀ ਸਟਾਰਟ ਕਰ ਲੈਂਦੇ ਥੋੜ੍ਹਾ ਜਿਹਾ ਅਸੀਂ ਡਿਫਰੈਂਟਲੀ ਯੂ ਨੋ ਅਪਰੋਚ ਕਰ ਲੈਂਦੇ ਆਪਣੇ ਉੱਤੇ ਹੀ ਸਿਰ ਦੇ ਉੱਤੇ ਰੱਖਿਆ ਬੋਝ ਆਪਣੇ ਸਿਰ ਦੇ ਉੱਤੇ ਹੀ ਕੱਢਿਆ ਬਟ ਉਹ ਰਿਗਰੈਟਸ ਨਹੀਂ ਹੈਗੀਆਂ ਉਹ ਠੀਕ ਹੈ ਯਾਰ ਲਰਨਿੰਗ ਸਟੈਪਸ ਆਫ ਇਟ ਆਂਟਰਪ੍ਰੀਨਰਸ ਨੂੰ ਹਮੇਸ਼ਾ ਲੱਗਦਾ ਕਿ ਯਾਰ ਅਸੀਂ ਇਹਨੂੰ ਥੋੜ੍ਹਾ ਜਿਹਾ ਚੇਂਜ ਕਰ ਲੈਂਦੇ ਹਾਂ ਅਸੀਂ ਜਿਹੜੀ ਵਿਜੀਜ਼ ਐਟ ਹੋਮ ਦੀ ਜਿਹੜੀ ਲਾਈ ਆ ਉਹ ਇੰਨੀ ਵੱਡੀ ਅਸੀਂ ਫੈਕਟਰੀ ਲਾ ਲਈ ਕਰਕੇ ਉਹਦੇ 'ਚ ਜਿਹੜੇ ਖਰਚੇ ਪਾਣੀ ਨਿਕਲੇ ਸੀ ਉਹ ਦੋ ਸਾਲ ਤਿੰਨ ਸਾਲ ਤੱਕਣ ਚਾਰ ਸਾਲ ਤੱਕਣ ਆਲਮੋਸਟ ਮੁਸ਼ਕਿਲ ਰਹੀ ਉਹਦੇ ਵਿੱਚ ਕਿ ਯਾਰ ਅਸੀਂ ਪੈਸੇ ਖਰਚਾ ਕਿਸ ਤਰ੍ਹਾਂ ਕਰਾਂਗੇ ਸ਼ਿਫਟਾਂ ਨਹੀਂ ਹੈਗੀਆਂ ਸੀ ਲੋਕਾਂ ਵਾਸਤੇ ਇੰਨੀ ਵੱਡੀ ਫੈਕਟਰੀ ਖੋਲ੍ਹ ਲਈ ਸੀ ਸ਼ਿਫਟਾਂ ਨਹੀਂ ਹੈਗੀਆਂ ਸੀ ਯੂ ਨੋ ਕੰਮ ਨਹੀਂ ਹੈਗਾ ਸੀ ਹੁਣ ਉਹ ਪੰਜ ਸਾਲ ਦੀ ਮਿਹਨਤ ਕਰਨ ਦੇ ਬਾਅਦ ਉਹ ਹੁਣ ਟਰਨ ਅਰਾਊਂਡ ਹੋਈ ਹੈ ਬਟ ਪੰਜ ਸਾਲ ਤੱਕਣ ਇਸ ਸ਼ਿਪ ਨੂੰ ਅਸੀਂ ਚਲਾਉਂਦੇ ਰਹੇ ਰਾਈਟ ਡਰ ਇਹੀ ਲੱਗਦਾ ਸੀ ਅੰਦਰੋਂ ਕਿ ਯਾਰ ਇਹ ਸਿੰਕ ਨਾ ਹੋ ਜਾਏ ਕਿਤੇ ਰਾਈਟ ਇਹ ਡਰੈਗਨਸ ਡੈਨ ਦੇ ਬਾਰੇ ਕਿਵੇਂ ਆਇਆ ਸੋਚ ਵਿੱਚ ਕਿ ਇੱਥੇ ਵੀ ਜਾਇਆ ਜਾਏ ਡਰੈਗਨਸ ਡੈਨ ਦੇ ਵਿੱਚ ਦੋ ਸਾਲ ਪਹਿਲੇ ਜੀ ਇਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਆਓਗੇ ਰਾਈਟ ਮੈਂ ਕਿਹਾ ਕਿ ਮੈਂ ਆਈ ਵਿਲ ਕਮ ਫੋਰ ਐਨ ਆਡੀਸ਼ਨ ਮੈਂ ਆਡੀਸ਼ਨ ਵਾਸਤੇ ਗਿਆ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਸੂਟ ਅਤੇ ਟਾਏ ਪਾਓ ਮੈਂ ਕਿਹਾ ਜੀ ਮੈਂ ਸੂਟ ਟਾਏ ਤੇ ਓਨ ਵੀ ਨਹੀਂ ਕਰਦਾ ਮੇਰੇ ਕੋਲ ਤੇ ਹੈਗੀ ਨਹੀਂ ਮੈਨੂੰ ਤੇ ਇੰਡੀਅਨ ਕੱਪੜੇ ਪਾਉਣ ਦੀ ਸ਼ੌਕ ਹੈ ਮੈਂ ਯੂ ਨੋ ਜੁਐਲਰੀ ਬਾਕੀ ਸਾਰੇ ਪਾਉਣ ਦਾ ਸ਼ੌਕ ਹੈ ਮੈਂ ਇਹ ਪਾ ਕੇ ਆਵਾਂਗਾ ਤੇ ਉਹਨਾਂ ਨੇ ਕਿਹਾ ਕਿ ਨਹੀਂ ਫਿਰ ਤੁਹਾਨੂੰ ਸਾਨੂੰ ਤਾਂ ਬੈਂਕਰਸ ਦੀ ਲੁੱਕ ਚਾਹੀਦੀ ਹੈ ਮੈਂ ਕਿਹਾ ਜੀ ਬੈਂਕਰਸ ਦੀ ਲੁੱਕ ਚਾਹੀਦੀ ਮੇਰੇ ਕੋਲ ਬੈਂਕਰਸ ਦੀ ਲੁੱਕ ਨਹੀਂ ਠੀਕ ਹੈ ਪਰ ਦੈਨ ਵੈਨ ਦੇ ਸ਼ਾਰਟ ਲਿਸਟਡ ਉਹਨਾਂ ਨੇ ਕਿਹਾ ਕਿ ਵੀ ਲਾਈਕ ਵਟ ਹੀ ਹੈਜ਼ ਟੂ ਸੇ ਐਂਡ ਡੂ ਸੋ ਆਫਟਰ ਟੂ ਈਅਰਸ ਆਈ ਮੈਨੇਜਡ ਕਿ ਮੈਂ ਕੱਪੜੇ ਵੀ ਇੰਡੀਅਨ ਪਾਏ ਹੋਏ ਨੇ ਬੂਟ ਵੀ ਬਿਨਾਂ ਜਰਾਬਾਂ ਦੇ ਠੀਕ ਹੈ ਤੇ ਜੁਐਲਰੀ ਵੀ ਆਪਣੀ ਫੁੱਲ ਔਨ ਪਾਈ ਹੈ ਯੂ ਨੋ ਸੋ ਮੈਨੇਜ ਮੈਂ ਕਿਉਂਕਿ ਆਪਣੇ ਆਪ ਨੂੰ ਨਹੀਂ ਬਦਲਣਾ ਚਾਹੁੰਦਾ ਸੀ ਮੈਂ ਆਪਣੇ ਆਪ ਨੂੰ ਇਹ ਨਹੀਂ ਚਾਹੁੰਦਾ ਸੀ ਕਿ ਲੋਕੀ ਮੈਨੂੰ ਕਹਿਣ ਕਿ ਯਾਰ ਇਹ ਥੋੜਾ ਚੇਂਜ ਹੋ ਗਿਆ ਠੀਕ ਸਿਰਫ ਇੱਥੇ ਆਉਣ ਵਾਸਤੇ ਸਿਰਫ ਇੱਥੇ ਆਉਣ ਵਾਸਤੇ ਸੋ ਯੂ ਬਲੀਵ ਯੂਅਰ ਫੰਡਾਮੈਂਟਲਸ ਆਰ ਵੈਰੀ ਕਲੋਜ਼ ਟੂ ਯੂ ਐਂਡ ਯੂ ਸ਼ੁੱਡ ਆਲਵੇਸ ਸਟਿਕ ਟੂ ਇਟ ਐਬਸੋਲੂਟਲੀ ਜੋ ਤੁਸੀਂ ਹੈਗੇ ਹੋ ਨਾ ਉਹ ਤੁਸੀਂ ਰਹੋ ਉਸ ਮਕਾਮ ਤੇ ਤੁਸੀਂ ਪਹੁੰਚ ਹੀ ਜਾਓਗੇ ਮਿਹਨਤ ਕਰੋ ਲੇਕਿਨ ਆਪਣੇ ਆਪਣੇ ਆਪ ਨੂੰ ਨਾ ਵੇਚੋ ਬਹੁਤ ਕੁਝ ਜਿਸ ਮੁਕਾਮ ਤੇ ਹੁਣ ਤੁਸੀਂ ਪਹੁੰਚੇ ਹੈਗੇ ਹੋ ਬਹੁਤ ਤੁਹਾਨੂੰ ਲੋਕ ਜਾਣਦੇ ਨੇ ਬਹੁਤ ਤੁਹਾਨੂੰ ਇਨਾਮ ਮਿਲੇ ਤੁਹਾਡੀ ਕੁਕਿੰਗ ਲਈ ਤੁਹਾਡੇ ਹੋਰ ਵੀ ਜਿਹੜੇ ਐਸਪੈਕਟ ਨੇ ਜ਼ਿੰਦਗੀ ਦੇ ਤੁਹਾਡਾ ਫਿਲੈਂਥ੍ਰੋਪਿਕ ਐਸਪੈਕਟ ਜਿਹੜਾ ਉਹ ਤਾਂ ਅਸੀਂ ਆਪ ਦੇਖਿਆ ਮੈਨੂੰ ਯਾਦ ਹੈ ਕਿ ਇੱਥੇ ਜਿਹੜੇ ਇਰਾਕੀ ਕ੍ਰਿਸਚਨਸ ਆਏ ਨੇ ਉਹਦੇ ਵਾਸਤੇ ਤੁਹਾਡੇ ਨਾਲ ਗੱਲ ਕੀਤੀ ਗਈ ਕਿ ਉਹਨਾਂ ਨੂੰ ਫੀਡ ਕਰਨਾ ਤਾਂ ਤੁਸੀਂ ਇਮੀਡੀਏਟਲੀ ਜੰਪ ਕਰ ਲਿਆ ਸੀ ਯੂ ਡਿਡਨਟ ਥਿੰਕ ਟਵਾਈਸ ਕਮਿਊਨਿਟੀ ਨੂੰ ਵਾਪਸ ਦੇਣ ਲਈ ਤੁਸੀਂ ਹੋਰ ਕੀ ਕੁਝ ਕਰਦੇ ਹੋ ਇਹਦੇ ਬਾਰੇ ਜ਼ਰੂਰ ਦੱਸੋ ਬਹੁਤ ਕੁਛ ਕਰਨੇ ਹਾਂ ਜਿਹੜਾ ਅਸੀਂ ਸਾਡੇ ਜਿਹੜੇ ਸਾਡੇ ਹੋਸਪਿਟਲਸ ਹੈਗੇ ਜੀ ਜਦੋਂ ਵੀ ਉਹ ਕਦੀ ਮੰਗਦੇ ਨੇ ਆਪਣੇ ਫੈਮਿਲੀ ਵਾਸਤੇ ਅਸੀਂ ਕਰਨੇ ਹਾਂ ਜੀ ਇੰਡੀਅਨ ਸਮਰ ਫੈਸਟੀਵਲ ਵਾਸਤੇ ਜਿਹੜਾ ਵੀ ਕੋਈ ਕੰਮ ਹੁੰਦਾ ਅਸੀਂ ਹਮੇਸ਼ਾ ਉਸ ਪਾਸੇ ਜਾਂਦੇ ਹਾਂ ਰਾਈਟ ਐਨੀ ਬਡੀ ਕਦੀ ਵੀ ਸਾਡੇ ਕੋਈ ਇੰਡੀਅਨ ਕਮਿਊਨਿਟੀ ਆ ਕੇ ਪੁੱਛੇ ਕਿ ਯਾਰ ਸਾਨੂੰ ਇੱਥੇ ਹੈਲਪ ਦੀ ਲੋੜ ਹੈ ਉੱਥੇ ਅਸੀਂ ਜ਼ਰੂਰ ਹੈਲਪ ਕਰਨੇ ਹਾਂ ਰਾਈਟ ਦੇਖੋ ਐਵਰੀ ਬਡੀ ਇਨ ਲਾਈਫ ਨੂੰ ਕਦੀ ਨਾ ਕਦੀ ਸਹਾਰੇ ਦੀ ਲੋੜ ਪੈਂਦੀ ਬਿਲਕੁਲ ਕੋਈ ਵੀ ਆਦਮੀ ਐਨਾ ਕਦੀ ਸੋਚੇ ਜੀ ਕਿ ਅਸੀਂ ਤੁਹਾਨੂੰ ਕਦੀ ਹੈਲਪ ਇੱਕ ਬੱਚਾ ਵੀ ਜਿਹੜਾ ਹੈਗਾ ਉਹ ਵੀ ਠੀਕ ਹੋਵੇ ਤਾਂ ਉਹਨੂੰ ਪਿਓ ਦੀ ਜਾਂ ਕਿਸੇ ਦੀ ਉਂਗਲ ਫੜ ਕੇ ਚੱਲਣਾ ਪੈਂਦਾ ਬਿਲਕੁਲ ਅਤੇ ਹੈਲਪ ਕਰਨਾ ਤਾਂ ਵਾਪਸ ਇਹ ਸਾਡਾ ਫਰਜ਼ ਹੈ ਬਹੁਤ ਕੁ ਅਗਰ ਨਾ ਹੈਲਪ ਕਰੋਗੇ ਤਾਂ ਕੋਈ ਕਿਤੋਂ ਹੋਰ ਹੈਲਪ ਮਿਲ ਜਾਏਗੀ ਹੈਲਪ ਕਰੋ ਅਗਰ ਤੁਸੀਂ ਕਮਾਉਂਦੇ ਹੋ ਤੁਹਾਡੇ ਕੋਲ ਅਗਰ ਦੋ ਪੈਸੇ ਹੈਗੇ ਤਾਂ ਤੁਸੀਂ ਹੈਲਪ ਕਰਾ ਦਿਓ ਅਸੀਂ ਯੂ ਬੀ ਸੀ ਦੇ ਉੱਤੇ ਵਿਜਿਸ ਕਰ ਕਿਚਨ ਕਰਕੇ ਖੋਲਿਆ ਵੀ ਗੇਵ ਦੈਮ $250,000 ਰਾਈਟ ਐਂਡ ਵੀ ਕ੍ਰੀਏਟਿਡ ਅ ਕਿਚਨ ਵੇਅਰ ਦੇ ਵਿਲ ਲਰਨ ਅਬਾਊਟ ਫੂਡ ਐਂਡ ਸਪਾਈਸਿਸ ਵੰਡਰਫੁਲ ਬਟ ਅਦਰਵਾਈਜ਼ ਆਲਸੋ ਵਿਦ ਇਨ ਦ ਕਮਿਊਨਿਟੀ ਕਦੀ ਵੀ ਕਿਸੇ ਨੂੰ ਕਦੀ ਲੋੜ ਕਿਸੇ ਚੀਜ਼ ਦੀ ਲੋੜ ਪਵੇ ਤਾਂ ਹਮੇਸ਼ਾ ਤੁਸੀਂ ਅੱਗੇ ਆਏ ਹਮੇਸ਼ਾ ਹੀ ਅਸੀਂ ਆਉਂਦੇ ਹਾਂ ਕਦੀ ਕੋਈ ਸਾਰੀ ਬੋਰਡ ਆਫ ਟ੍ਰੇਡ ਦੇ ਵਿੱਚ ਹੋਵੇ ਜਾਂ ਕੋਈ ਵੀ ਹੋਵੇ ਰਾਈਟ ਇਹ ਸਾਡਾ ਬੰਦਾ
ਕਿ ਅਗਰ ਸਾਨੂੰ ਕਿਸੇ ਨੇ ਰੱਬ ਨੇ ਦਿੱਤਾ ਕੁਛ ਤਾਂ ਸ਼ੇਅਰ ਕੀਤਾ ਜਾਏ। ਫਿਊਚਰ ਪਲਾਨਸ ਕੀ ਨੇ ਜੀ? ਫਿਊਚਰ ਪਲਾਨ ਤਾਂ ਬੜੇ ਅਗੇਨ ਫਿਊਚਰ ਪਲਾਨ ਤੇ ਮੈਂ ਤੇ ਚਾਰ ਮੇਰੇ ਆਈਡੀਆਜ਼ ਜਿਹੜੇ ਨਾ ਉਹ ਚਾਰ ਗੁਣਾ ਮੈਂ ਅੱਗੇ ਸੋਚਦਾ। ਹੁਣ ਟੋਰਾਂਟੋ ਅਸੀਂ ਵਧਾਉਣ ਦੀ ਕੋਸ਼ਿਸ਼ ਕਰਨੇ ਪਏ ਹਾਂ, ਰਾਈਟ। ਹੋਰ ਇੱਥੇ ਯੂ ਨੋ ਫੈਕਟਰੀ ਦੇ ਵਿੱਚ ਅਸੀਂ ਹੋਰ ਡਿਫਰੈਂਟ ਸਟਾਈਲ ਦਾ ਖਾਣਾ ਅਸੀਂ ਬਣਾਉਂਦੇ ਪਏ ਹਾਂ, ਰਾਈਟ। ਅਤੇ ਹੁਣ ਇਹ ਆਈਡੀਆ ਹੈਗਾ ਕਿ ਹੁਣ 51 ਦੇ ਹੋ ਗਏ ਹਾਂ, ਥੋੜ੍ਹਾ ਸਾਰਿਆਂ ਨੂੰ ਫਾਈਨ ਟਿਊਨ ਕੀਤਾ ਜਾਏ, ਸਾਰੇ ਰੈਸਟੋਰੈਂਟਸ ਨੂੰ ਕੋਸ਼ਿਸ਼ ਕੀਤੀ ਜਾਏ, ਰਾਈਟ, ਤਾਂ ਕਿ ਕੰਟਰੋਲ ਜਿਹੜਾ ਹੈਗਾ ਉਹ ਕਿਤੇ ਨਾ ਜਾਇਆ ਜਾਏ। ਮੇਰਾ ਐਕਚੁਅਲ ਗੋਲ ਅੰਦਰ ਤੋਂ ਇਹ ਹੈਗਾ ਕਿ ਵਨ ਡੇ ਆਪਣਾ ਖਾਣਾ, ਵਿਜੀਸ ਦਾ ਖਾਣਾ ਹਿੰਦੁਸਤਾਨ 'ਚ ਜਾ ਕੇ ਓਕੇ ਉਹ ਉੱਥੇ ਦਿਖਾਇਆ ਜਾਏ ਜਾਂ ਖਵਾਇਆ ਜਾਏ ਲੋਕਾਂ ਨੂੰ, ਠੀਕ, ਕਿ ਅਸੀਂ ਦੇਖੋ ਇੰਡੀਅਨ ਫੂਡ, ਇੰਡੀਅਨ ਸਪਾਈਸਿਸ, ਰਾਈਟ, ਬਟ ਕੈਨੇਡੀਅਨ ਪ੍ਰੋਡਕਟ, ਚਿਕਨ, ਚਿਕ ਪੀਸ, ਇੱਥੋਂ ਲਿਆ ਕੇ ਅਸੀਂ ਕਿਸ ਤਰ੍ਹਾਂ ਇਹਦੀ ਪਰਫੈਕਟ ਹਾਰਮੋਨੀ ਐਂਡ ਮੈਰਿਜ ਬਣਾਈ ਹੈ, ਠੀਕ, ਕਿਉਂਕਿ ਇੰਡੀਅਨਸ ਵਿਲ ਲਵ ਅ ਗੁੱਡ ਸਕਸੈਸ ਸਟੋਰੀ। ਐਬਸੋਲੂਟਲੀ। ਐਂਡ ਫਾਈਨਲੀ ਜੀ, ਇਫ ਅੱਜ ਯੰਗਸਟਰਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹਰ ਇੱਕ ਨੌਜਵਾਨ ਜਿਹੜਾ ਹੈ ਉਹ ਚਾਹੁੰਦਾ ਹੈ ਬੰਨਾ ਵਿਕਰਮ ਵਿਜ ਵਾਂਗੂ, ਲੇਕਿਨ ਓਵਰਨਾਈਟ ਸਕਸੈਸ ਦੀ ਇੱਕ ਜਿਹੜੀ ਨਵੀਂ ਸੋਚ ਚੱਲ ਪਈ ਹੈ, ਇੱਕ ਬੜਾ ਚਿੰਤਾ ਦਾ ਵਿਸ਼ਾ ਬਣਿਆ ਪਈ ਹੈ। ਵਿਦ ਯੋਰ ਐਕਸਪੀਰੀਅੰਸ, ਜਿੰਨੀਆਂ ਵੀ ਅਸੀਂ ਗੱਲਾਂ ਕੀਤੀਆਂ, ਅਖੀਰ ਵਿੱਚ ਤੁਹਾਡਾ ਕੀ ਮੈਸੇਜ ਹੋਏਗਾ ਸਾਡੀ ਨੌਜਵਾਨ ਪੀੜ੍ਹੀ ਨੂੰ ਕਿ ਸਕਸੈਸ ਜਿਸ ਵੀ ਮੁਕਾਮ 'ਤੇ ਉਹ ਪਹੁੰਚਣਾ ਚਾਹੁੰਦੇ ਨੇ ਕਿਵੇਂ ਪਹੁੰਚਣ? ਸ਼ੀਅਰ ਹਾਰਡ ਵਰਕ ਐਂਡ ਪੇਸ਼ੈਂਸ, ਰਾਈਟ, ਐਂਡ ਟਾਈਮ। ਕੋਈ ਪਿਲ ਤਾਂ ਹੈਗੀ ਨਹੀਂ ਬਿਲਕੁਲ ਕਿ ਤੁਸੀਂ ਖਾ ਲਓਗੇ ਅਤੇ ਕੱਲ੍ਹ ਸਵੇਰੇ ਤੁਹਾਨੂੰ ਬੜੀ ਵਧੀਆ ਸਕਸੈਸ ਮਿਲ ਜਾਏਗੀ ਜੀ, ਕੱਲ੍ਹ ਕਿਸੇ ਨੂੰ ਨਹੀਂ ਮਿਲਿਆ ਬਿਲਕੁਲ। ਸੋ ਮੈਂ ਇਹੋ ਕਹਾਂਗਾ ਕਿ ਜੇ ਪੜ੍ਹਦੇ ਪਏ ਹੋ, ਪੜ੍ਹੋ, ਫੋਕਸ ਰਹੋ, ਰਾਈਟ, ਆਪਣੇ ਆਪ ਨੂੰ ਬਰੋਡਨ ਕਰੋ, ਠੀਕ, ਟਰੈਵਲ ਕਰੋ, ਕਿਤੇ ਜਾਓ, ਹਿੰਦੁਸਤਾਨ ਜਾਓ, ਆਪਣੀ ਕੰਟਰੀ ਜਾਓ, ਕਿਤੇ ਵੀ ਜਾਓ, ਰਾਈਟ, ਮਸਟ ਬਰੋਡਨ ਯੋਰ ਹੋਰਾਈਜ਼ਨਸ, ਰਾਈਟ, ਜਾ ਕੇ ਟਰੈਵਲ ਕਰੋ। ਇੱਕ ਇੰਨਾ ਸੋਹਣਾ ਮੁਲਕ ਹੈ ਜੀ, ਇੰਨਾ ਸੋਹਣਾ ਦੇਸ਼ ਹੈ, ਇਹਨੂੰ ਅਸੀਂ ਆਪਣਾ ਬਣਾ ਕੇ ਰੱਖੀਏ, ਠੀਕ, ਬਟ ਇੱਥੋਂ ਕਿਤੇ ਅਸੀਂ ਜਾਈਏ ਤਾਂ ਲੋਕ ਇਹ ਕਹਿਣ ਕਿ ਇਹ ਕੈਨੇਡੀਅਨ ਹੈਗਾ, ਬੈਸਟ ਕੈਨੇਡੀਅਨ। ਬਹੁਤ ਖੂਬ ਜੀ, ਇਟ ਵਾਜ਼ ਅ ਪਲੇਜ਼ਰ ਟਾਕਿੰਗ ਟੂ ਯੂ ਜੀ। ਇਹ ਮੈਨੂੰ ਤਾਂ ਲੱਗਦਾ ਸਾਰੇ ਪ੍ਰੋਗਰਾਮਸ ਅਸੀਂ ਘੰਟਾ ਬੱਧੀ ਗੱਲਬਾਤ ਕਰਦੇ ਰਹੇ, ਤਦ ਵੀ ਤੁਹਾਡੀਆਂ ਇਹ ਜਿਹੜੀਆਂ ਗੱਲਾਂ ਨੇ, ਜਿਸ ਜਿਹੜੀ ਕਾਮਯਾਬੀ ਤੁਹਾਨੂੰ ਮਿਲੀ ਉਹ ਅਸੀਂ ਪੂਰੀ ਨਹੀਂ ਕਰ ਸਕਾਂਗੇ ਆਪਣੇ ਲਫ਼ਜ਼ਾਂ ਵਿੱਚ, ਲੇਕਿਨ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਰੀ ਕਮਿਊਨਿਟੀ ਨੂੰ ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਕਮਿਊਨਿਟੀ ਨੂੰ ਰਿਪ੍ਰੈਜੈਂਟ ਕਰ ਰਹੇ ਹੋ, ਅਤੇ ਕਮਿਊਨਿਟੀ ਦਾ ਅਹਿਸਾਸ, ਕਮਿਊਨਿਟੀ ਦੇਸ਼ ਦੇ ਬਾਰੇ ਤੁਸੀਂ ਅਜੇ ਵੀ ਮਨ ਵਿੱਚ ਉਨਾ ਹੀ ਪਿਆਰ ਰੱਖਦੇ ਹੋ ਜਿੰਨਾ ਕਿ ਤੁਸੀਂ ਪਹਿਲੇ ਦਿਨ ਜਦੋਂ ਤੁਸੀਂ ਇੱਥੇ ਆਏ ਸੀ ਰੱਖਿਆ ਸੀ। ਧੰਨਵਾਦ ਐਂਡ ਸ਼ੁਭਕਾਮਨਾਵਾਂ। ਥੈਂਕ ਯੂ ਫੋਰ ਯੋਰ ਟਾਈਮ। ਥੈਂਕ ਯੂ ਵੈਰੀ ਮਚ। ਨਮਸਕਾਰ।